बिस्मिल्लाहिर्रहमानिर्रहीम अस्सलाम वालेकुम जी, हाल चाल है जी? बस मैं सारे ठीक ठाक होंगे। आज की वीडियो मैंने शुरू वीडियो कर दूंगा, साढ़े चैनल सब्सक्राइब कर दो, साढ़े चैनल में लाइक भी कर दे वीडियो। तो चलो आज की वीडियो करने स्टार्ट। आज इस तरह जुम्मे अच्छे साढ़े कोई भी नहीं आया, मैं हमेशा नहीं जा रहा, लास्ट पेंड जा रहे अफसर जाइए इतने उस जाकर कुछ कुछ खाने। चलो पेंड में आने तो शाम भी और गिल हो गया, अद्धा पौना घंटा रह गया, शाम भी लाने आ गया। चलो चलने ते तो फाइनली गाइस सनसेट भी है, तकरीबन नेट लगे दा ते फियां ने भुज भी है, टाबे सामने टाब है। चलो चलने से आ गया टाबे दी कोशिश करने आ, देखो कैसे अपना अंडर दिता ते कुछ जान वाले हीरा होना हां बोतल बच्ची दी कने चिलो यार होने ही ते खत्म करता है यार, ने हाड़ा अंडर हो गया ला बोतल बिन यार मुझे नोट स्टार्ट लो आता मैं चिलो उसका बच्ची दी मच्छी मैं लगो लाइक ने। लो जी गाइस हमारा गोश्त आ गया ते शुरू भी हो गया जरा ना मक्तू है नहीं आता फैन मुंडे दे रिया लो जी वो करना था चटनी है मैं कच्चा छोला खाऊंगा नॉर्मल आने नॉर्मल नॉर्मल आयो है मलका आय कोई उधर मुड़े थे इतने कोई नहीं देखा तभी पर मार दिया पिछले साल दूसरा तीसरा दिन ही आया 500 रुपए किलो है, मैं चलो पहला थोड़ा टेस्ट करने 100 रुपए का मंगाया चमचे दो खा लाने मैं चेक करिए कैसा गजर का हलवा मजा 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 ना 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 तो नहीं है 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 बाबा मिठाई खीर अब गुड मॉर्निंग खुशखबरी आई हाड़ी है गाय ने बता दिता है बच्चे हाँ चलो आज दो आ गए गुड मॉर्निंग मिली है जिस टाइम गया दुकान मास तकरीबन 4 बजे ना क्योंकि 6:30 बजे मैं दुकाना खोल खुश पता क्यों मैं क्योंकि माशा दुद्ध भी हाड़ा घर थोड़ा ना रहे ना मतलब एक मज सी माशा जीव काफी ज्यादा हूं जो है दुद्ध भी ज्यादा होगा तो और थोड़े दिन का हाड़ी मज ने भी सुना है मज ने बचा देना है फिलहाल तो मैं दुकान खोल खुल गया तो सूट ला दी चलो घ्यो 4-5 रसा तो बैठ क्योंकि तार ने सुबह सुबह रसा नाश्ता करना होता सुबह जरा ही तुम जाना सुबह बच्चे लंबा गाई का तो हूँ मैं आया स्पैशल धुप भी निकल गया गाई का बच्चा दाना है मैं चेक करो ठंड लगी हुई है काफ़ी ज्यादा क्योंकि अग काफ़ी ज्यादा सकाई है पर जरा फिर भी जरा बाकी जरा हूँ जाना अपनी मोटर से सामने क्योंकि मोटर नहीं चले गए देखना तार लाई जाए पता नहीं
ਮੋਟਰ ਦੇਖ ਕੇ ਜੇ ਤੇ ਮੈਂ ਜਾਣਾ ਸਵੇਰ ਸਵੇਰ ਜਾਣ ਕੋਲ ਚੜਨੇ ਦਾ ਸਿੱਧਾ ਇੱਥੇ ਆ ਗਿਆ ਮੋਟਰਸਾਈਕਲ ਅੱਗੇ ਲੋਦੀ ਚੱਲੀ ਮੋਟਰਸਾਈਕਲ ਤੇ ਚੱਲਿਆ ਲੋ ਜੀ ਮੋਟਰਸਾਈਕਲ ਖੜੀ ਕਰ ਲਿਆ ਮੇਰੀ ਮਰਜ਼ੀ ਉਹ ਸਾਹਮਣੇ ਮੋਟਰ ਤੇ ਖੜਨੇ ਤੇ ਮੋਟਰ ਤੇ ਅੱਗੇ ਮੋਟਰ ਚੱਲੀ ਜੇ ਉੱਥੇ ਸਾਨੂੰ ਮੋੜਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਪਾਣੀ ਆ ਇੱਥੇ ਤੇ ਬਾਕੀ ਆਪਣੀ ਮੋਟਰ ਉਹ ਸਾਹਮਣੇ ਰਹੀ ਉੱਥੇ ਆ ਕੇ ਵੇਖੀ ਉਹਦੀ ਤਾਰ ਤਾਂ ਨਹੀਂ ਲਾ ਦੇ ਕਿ ਜਦੋਂ ਮੋਟਰ ਨਹੀਂ ਚੱਲੇ ਕਹਿੰਦੀ ਜਾਂ ਤਾਰ ਟੁੱਟ ਗਈ ਕਿ ਸ਼ਾਇਦ ਨੂੰ ਤੇ ਬਾਕੀ ਚੱਲਣੇ ਇੱਥੇ ਦੇਖ ਲੈਂਦੇ ਫਾਈਨਲੀ ਜਿਹੜਾ ਨਾ ਅੱਜ ਜਿਹੜਾ ਨਾ ਇਸ ਖੱਤੇ ਨੂੰ ਲਾਉਣਾ ਉਹ ਸਾਹਮਣੇ ਜਾਣਾ ਉਹ ਸਾਹਮਣੇ ਵਾਲੇ ਖੱਤੇ ਨੂੰ ਅਤੇ ਪਾਣੀ ਆ ਸਪੂਟੇ ਸਪੂਟੇ ਮਾਸ਼ਾ ਜਿਹਾ ਜਾ ਰਿਹਾ ਅਤੇ ਫਿਰ ਤੁਹਾਡੇ ਸਾਹਮਣੇ ਹੀ ਅਤੇ ਖੈਰ ਫਿਲਹਾਲ ਇੰਨਾ ਕੁ ਕੰਮ ਸੀ ਅੱਗੋਂ ਤਾਂ ਮੇਰੇ ਹਿਸਾਬ ਨਾਲ ਸਾਰੀ ਦਿਹਾੜੀ ਜਾਣਾ ਮੈਂ ਵਿਹਲਾ ਸੀ ਈਜ਼ੀ ਕੋਈ ਟੈਨਸ਼ਨ ਨਹੀਂ ਪਰ ਹੁਣ ਮੈਂ ਗਿਆ ਨਾ ਪੰਪ 'ਤੇ ਪੰਪ 'ਤੇ ਬੰਦਾ ਤੇਲ ਮੈਨੀਮਾ ਸੇਲ ਮੈਨੀ ਕਰਦਾ ਤੇਲ ਤੂਲ ਪਾ ਦਿੰਦਾ ਉਹ ਆਏ ਦੇ ਨਹੀਂ ਅੱਜ ਅਤੇ ਮੈਨੂੰ ਸੁਬਹ ਸੁਬਹ ਟੈਨਸ਼ਨ ਲੱਗ ਗਿਆ ਮੈਂ ਸਾਰੀ ਦਿਹਾੜੀ ਜਾਣਾ ਅੱਜ ਇੱਥੇ ਮਹੀਨੇ ਦਾ ਦਿੱਲੀ ਰਹਿਣਾ ਪੈਣਾ ਅਤੇ ਬਾਕੀ ਜਿਹਨਾਂ ਨੂੰ ਚੱਲਿਆ ਦੇਖਣਾ ਆਉਂਦੇ ਅਗਰ ਨਹੀਂ ਮੇਰੇ ਫਿਰ ਤਾਂ ਮੈਂ ਹੈ ਹੀ ਹਾਂ ਮੈਂ ਤਾਂ ਜਿਹੜਾ ਮੋਟਰਸਾਈਕਲ ਤੇ ਆ ਬਹਿ ਗਿਆ ਮੈਂ ਤਾਂ ਮੋਟਰਸਾਈਕਲ ਸਟਾਰਟ ਕਰਕੇ ਗੱਡੀ ਮੋੜ ਕੇ ਚੱਲਾਂ ਹਾਂ ਮੈਂ ਯਾਰ ਨੱਕਾ ਪੈਰੀ ਕਿੱਥੇ ਖੋਲੇ ਦਾ ਪਾਣੀ ਪੈਣੀ ਕਿਸੇ ਹੋਰ ਦੀ ਪੈਲੀ 'ਚ ਨਹੀਂ ਜਾਂਦਾ ਰਹੇ ਮੈਂ ਤਾਂ ਬਸ ਮੁੰਡੇ ਚਲਾ ਤੋਂ ਚੱਲਾਂ ਪਰ ਦੇਖੀਏ ਪਾਣੀ ਜਾਏ ਕਿੱਥੇ ਕਰਦਾ ਕਿ ਹੋਰ ਦੀ ਪੈਲੀ 'ਚ ਨਹੀਂ ਜਾ ਲੱਗੇ ਗਾਇਜ਼ ਉਹੀ ਕੰਮ ਹੋਇਆ ਜਿਹੜਾ ਮੇਰੇ ਜ਼ਿਹਨ 'ਚ ਸੀ ਗੁਆਂਢੀਆਂ ਦੀ ਪੈਲੀ ਨੂੰ ਪਾਣੀ ਜਾ ਰਿਹਾ ਜਿਹਨੂੰ ਲਾਉਣਾ ਸੀ ਉਹਨੂੰ ਪਾਣੀ ਕਿ ਨਹੀਂ ਜਾਗਦਾ ਚੈੱਕ ਕਰੋ ਘਰ ਇਹਨੂੰ ਲਾਉਣਾ ਸੀ ਇਹਨੂੰ ਤਾਂ ਆਲਰੇਡੀ ਪਾਣੀ ਲੱਗੇ ਦਾ ਸਹੀ ਹੈ ਨਹੀਂ ਅਤੇ ਬਾਕੀ ਕਨਫਰਮ ਨਹੀਂ ਹੈ ਮੈਨੂੰ ਪਤਾ ਨਹੀਂ ਪਾਣੀ ਕਿਹਨੂੰ ਲਾਉਣਾ ਸੀ ਕਿਉਂਕਿ ਮੇਰੇ ਹਿਸਾਬ ਨਾਲ ਪਹਿਲੇ ਸਾਹਮਣੇ ਖੱਤੇ ਨੂੰ ਪਾਣੀ ਲਾਉਣਾ ਸੀ ਅਤੇ ਪਾਣੀ ਤਾਂ ਇਹਨੂੰ ਜਾ ਰਿਹਾ ਇਹਨੂੰ ਆਲਰੇਡੀ ਕਦੋਂ ਲੱਗਦਾ ਮੇਰੇ ਹਿਸਾਬ ਨਾਲ ਕਿਤੇ ਅਤੇ ਚੁੱਪ ਕਰਕੇ ਜਾਂ ਸਾਨੂੰ ਬੰਦ ਕਰੀਏ ਅਤੇ ਜਾਂ ਮੋਟਰ ਹੀ ਬੰਦ ਕਰੀਏ ਜਿਹਨੂੰ ਲਾਉਣਾ ਲਾ ਲੈਣਗੇ ਸਹੀ ਹੈ ਨਹੀਂ ਕੋਈ ਅਸੀਂ ਗੱਲ ਕਰਦੇ ਹਾਂ ਬਾਹਰ ਜਾਂਦੇ ਹਾਂ ਅਤੇ ਦੱਸਣੇ ਹਾਂ ਕਿ ਫਲਾਣੀ ਪੈਲੀ ਬਣ ਜਾ ਰਿਹਾ ਅੱਬੂ ਨੂੰ ਕਿਉਂਕਿ ਮੈਨੂੰ ਤਾਂ ਕਨਫਰਮ ਨਹੀਂ ਪਤਾ ਮੈਂ ਬੂਟਾਂ ਦੀ ਨਹੀਂ ਬੱਚਤ ਕਰੇ ਕਹਿੰਦਾ ਹਾਂ ਮੈਂ ਆਖਿਆ ਨਾ ਕੱਲ੍ਹ ਤੋਂ ਤਿੰਨ ਅਤੇ ਮੈਂ ਪੈਰ ਸਲਿੱਪ ਤੁਹਾਡੇ ਕਹਿੰਦਾ ਐਸ ਤਰ੍ਹਾਂ ਕਰਕੇ ਅਤੇ ਪੈਰ ਦੇ ਬੂਟ ਸਾਰੇ ਭਰੋ ਗਏ ਨੇ ਅਤੇ ਖੈਰ ਕੋਈ ਨਹੀਂ ਬੂਟ ਸੁੱਕਦੇ ਵੀ ਨਹੀਂ ਇਹੋ ਜਿਹੇ ਮੌਸਮ 'ਚ ਜਾਣਾ ਸਿਆਲ 'ਚ ਇੱਕ ਵਾਰੀ ਪੈਲੀ 'ਚ ਆਏ ਨਾ ਅਤੇ ਜਿਹੜਾ ਨਾ ਕੱਪੜੇ ਥੱਲੋਂ ਸਾਡੇ ਨਾ ਗੰਦੇ ਸ਼ੂਜ਼ ਸ਼ਾਦੇ ਸਾਡੇ ਗੰਦੇ ਸਹੀ ਹੈ ਨਾ ਜਿਸ ਤਰ੍ਹਾਂ ਕਿ ਮੇਰੇ ਸਾਰੇ ਸ਼ੂਜ਼ ਗੰਦੇ ਆ ਕੇ ਮੈਂ ਕੱਲ੍ਹ ਧੋਤੇ ਨਾ ਅਤੇ ਘੰਟਾ ਕੁ ਮੈਂ ਰਾਤ ਸ਼ਾਮ ਨੂੰ ਪਾਏ ਹੋਣ ਅਤੇ ਕੋਈ ਘੰਟਾ ਹੀ ਹੋਇਆ ਹੁਣ ਪਾਏ ਨਾ ਸੁਬਹਾ ਦੇ ਦੋ ਘੰਟੇ ਸ਼ੂਜ਼ ਪਾਏ ਨਾ ਫੇਰ ਗੰਦੇ ਤੇਰਾ ਨਾ ਇੱਥੇ ਬੰਦਾ ਪੈਲੀ 'ਚ ਆਏ ਤਾਂ ਕੰਮ ਹੋ ਜਾਂਦਾ ਕੋਈ ਨਹੀਂ ਗੱਲ ਕੀ ਕਰਨਾ ਪਿੰਡਾਂ ਵਾਲਾ ਤਾਂ ਇਹੀ ਹਾਲ ਹੈ ਅਤੇ ਕੋਈ ਨਹੀਂ ਮੁਸ਼ਕਲ ਨਹੀਂ ਫਿਰ ਕੀ ਕਰਨਾ ਫਿਰ ਧੋ ਲਾਂਗੇ ਦੂਸਰੇ ਪਾ ਲੈਂਦੇ ਹਾਂ ਅਤੇ ਉਮੀਦ ਕਰਨਾ ਕਿ ਫਿਰ ਵੀਡੀਓ ਵੀ ਇੱਥੇ ਐਂਡ ਕਰਨਾ ਬਣਦੀ ਆ ਸਾਡੀ ਉਮੀਦ ਕਰਨਾ ਕਿ ਵੀਡੀਓ ਅੱਛੀ ਲੱਗੀ ਹੋਏਗੀ ਜੇ ਵੀਡੀਓ ਅੱਛੀ ਲੱਗੀ ਹੋਏਗੀ ਤਾਂ ਲਾਈਕ ਕਰ ਦਿਓ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਨੈਕਸਟ ਵੀਡੀਓ ਮੈਂ ਅੱਲਾ ਹਾਫਿਜ਼ ਮੈਂ ਜਗ੍ਹਾ ਦੇਖੋ ਕਿ ਖਿਲਾਰ ਕੀ ਕਹਿੰਦਾ ਮੋਟਰ ਨਹੀਂ ਰੇਡਮੀ ਜਗ੍ਹਾ 'ਤੇ ਇੱਥੋਂ ਗੱਡੀ ਮੋੜੀਏ ਸਟਾਰਟ ਕਰਦੇ ਚੱਲੀਏ ਅੱਲਾ ਹਾਫਿਜ਼ ਬਾਏ ਬਾਏ